ਹਾਂਜੀ ਕਿੱਦਾਂ ਸਾਰੇ ਕੀ ਬੰਦਾ ਅੱਜ ਬੜੇ ਟਾਈਮ ਬਾਅਦ ਵੀਡੀਓ ਪਾ ਰਹੇ ਹਾਂ ਅਸੀਂ ਮੈਨੂੰ ਕਿੱਦਾਂ ਘੈਂਟ ਵੀ ਕਿੰਨਾ ਸੋਹਣਾ ਟਾਵਰ ਆ ਅੱਜ ਅਸੀਂ ਤੁਹਾਨੂੰ ਲੈ ਕੇ ਆ ਰਹੇ ਹਾਂ ਰੋ ਹੋਲਸ ਇਹ ਵੈਸਟ ਆਸਟ੍ਰੇਲੀਆ ਦਾ ਆਸਟ੍ਰੇਲੀਆ ਦੇ ਵਿੱਚ ਵੈਸਟ ਆਸਟ੍ਰੇਲੀਆ ਦੀ ਜਗ੍ਹਾ ਜਿੱਥੇ ਸਮੁੰਦਰ ਦੇ ਪੱਥਰਾਂ 'ਚ ਪਾਣੀ ਨਿਕਲਦਾ ਬਹੁਤ ਸੋਹਣਾ ਸਪੋਟ ਆ ਦੇਖਣ ਲਈ ਅਤੇ ਆ ਜਾਓ ਫਿਰ ਦਿਖਾਉਂਦੇ ਆ ਤੁਹਾਨੂੰ A few minutes later. ਹਾਂਜੀ ਆਉਣ ਦਾ ਵੇ ਅਸੀਂ ਇਹ ਸਾਡੇ ਜਿੱਥੇ ਰਹਿੰਦੇ ਹਾਂ ਉੱਥੋਂ 50 ਕਿਲੋਮੀਟਰ ਦੂਰ ਆ ਅਤੇ ਜਿੱਥੇ ਹੁਣ ਅਸੀਂ ਮੈਂ ਮੂਵ ਹੋਇਆ ਇਹ ਪਿੰਡ ਆ ਜਿਵੇਂ ਇੰਡੀਆ 'ਚ ਪਿੰਡ ਹੁੰਦੇ ਹੈ ਨਾ ਆਸੇ ਪਾਸੇ ਵਰਾਨ ਪਿਆ ਸਾਰਾ ਉਂਝ ਨਹੀਂ ਪਹਿਲਾਂ ਵੀ ਵੀਡੀਓ ਪਈਆਂ ਅਤੇ ਹੁਣ ਮੈਂ ਕਿਹਾ ਅੱਜ ਵੀਡੀਓ ਸ਼ੂਟ ਕਰਦੇ ਸਾਨੂੰ ਵਧੀਆ ਜਗ੍ਹਾ ਦਿਖਾਉਣੇ ਆ ਸਿਰੇ ਵਾਲੀ ਅਤੇ ਜੇ ਮੈਂ ਲੱਗਦਾ ਆਪਣੇ ਪਿੰਡ 'ਚ ਜਾਂ ਕਿਤੇ ਹੋਰ ਇਹੋ ਜਿਹੀ ਜਗ੍ਹਾ ਹੋਵੇ ਤਾਂ ਲੋਕਾਂ ਨੇ ਐਂ ਮੱਥੇ ਟੇਕਣੇ ਵੀ ਇੱਥੋਂ ਪਾਣੀ ਨਿਕਲਦਾ ਮੈਂ ਅੱਜ ਸਿਰਾ ਚੀਜ਼ ਆ ਹਾਂਜੀ ਯਾਰ ਕਿਵੇਂ ਦਾ ਮਹਿਸੂਸ ਹੋ ਰਿਹਾ ਬਾਈ ਬਹੁਤ ਵਧੀਆ ਇੱਥੋਂ ਜਮਾਂ ਖਾਲੀ ਏਰੀਆ ਪਿਆ ਟੋਟਲੀ ਖਾਲੀ ਇੱਥੇ ਆ ਜਾਓ ਜਿਹਨੇ ਘਰ ਪਾਉਣੇ ਆ ਜਿਹਨੇ ਰਹਿਣਾ ਜਮਾਂ ਖਾਲੀ ਹਾਂਜੀ ਜਮਾਂ ਸਹੀ ਕਿਹਾ ਮੈਂ ਕੋਈ ਗਲਤ ਕਿਹਾ ਆਸਟ੍ਰੇਲੀਆ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਆਸਟ੍ਰੇਲੀਆ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪਤਾ ਜਾਂਦੀ ਚੱਲੀਏ ਹੁਣ ਵਲੋਗਸ ਜਿਹੜੀ ਮੇਨ ਚੀਜ਼ ਦੀ ਵੀਡੀਓ ਉਹ ਦਿਖਾਈਏ ਤੁਹਾਨੂੰ ਫਿਊ ਮਿੰਟਸ ਲੇਟਰ ਮੈਂ ਕੱਢ ਕੇ ਮੁੰਡੇ ਪਹੁੰਚ ਚੁੱਕਿਆ ਬਲੋ ਹੋਲਸ ਇਹ ਜਗ੍ਹਾ ਦਾ ਨਾਮ ਬਲੋ ਹੋਲਸ ਇਹ ਮਤਲਬ ਹੋਲਸ ਵਿੱਚ ਦੀ ਬਲੋ ਹੁੰਦਾ ਜੋ ਵੀ ਹੈ ਇਹ ਤੇ ਹੁਣ ਅਸੀਂ ਪਹੁੰਚ ਕੇ ਬਾਹਰ ਹਵਾ ਬਹੁਤ ਤੇਜ਼ ਆ ਤਾਂ ਕਰਕੇ ਸਾਨੂੰ ਪਹਿਲਾਂ ਹੀ ਦੱਸਤਾ ਅਸੀਂ ਪਹੁੰਚ ਗਏ ਹਾਂ ਇੱਥੋਂ ਦੇਖ ਜੇ ਤਾਂ ਸੋਹਣਾ ਸੋਹਣਾ ਵਿਊ ਆ ਇੱਥੇ ਘੈਂਟ ਅਤੇ ਗੋਰੇ ਵੀ ਆਏ ਹੋਏ ਇੱਥੇ ਜੱਬਲ ਜੇ ਸਾਲੇ ਇਹ ਵੀ ਦੇਖਣ ਜਾਂਦੇ ਅਸੀਂ ਵੀ ਉਤਰਦੇ ਹਾਂ ਹੁਣ ਅਤੇ ਸਾਨੂੰ ਦਿਖਾਉਣੇ ਆ ਸਾਰਾ ਵਧੀਆ ਸਿਰੇ ਵਾਲਾ ਇਹ ਮਤਲਬ ਸਮੁੰਦਰ ਦਾ ਕਿਨਾਰਾ ਬਿਲਕੁਲ ਆ ਗਿਆ ਅਤੇ ਸੋਹਣਾ ਵਿਊ ਆ ਸਿਰੇ ਵਾਲਾ ਆਹ ਜਗ੍ਹਾ 'ਤੇ ਆ ਜਿਹੜੀ ਮੇਨ ਜਗ੍ਹਾ ਜਿੱਥੇ ਲੋਕ ਮੱਥਾ ਟੇਕਣ ਆਉਂਦੇ ਦੂਰੋਂ ਦੂਰੋਂ ਸੰਗਤਾਂ ਆਉਂਦੀਆਂ ਟਰਾਲੀਆਂ ਭਰ ਭਰ ਆਹ ਸਾਰਾ ਆਹ ਸੋਲਟ ਆ ਇਹ ਸਾਨੂੰ ਲੱਗਦਾ ਹੋਵੇ ਨਾ ਸੋਲਟ ਵਾਟਰ ਹੀ ਮਤਲਬ ਖਾਰਾ ਪਾਣੀ ਆ ਕੇ ਇੱਥੇ ਸਾਰਾ ਪੱਥਰਾਂ ਨੂੰ ਗਲੀ ਜਾਂਦਾ ਦੇਖੋ ਕਿਵੇਂ ਲੱਗੇ ਪੱਥਰ ਇਹ ਸਾਰਾ ਗਲਿਆ ਹੋਇਆ ਇਹ ਰੋਜ਼ ਪਾਣੀ ਰੱਖਦਾ ਨਾ ਜਿਵੇਂ ਪੱਥਰਾਂ ਦੇ ਪੱਥਰ ਗਲੀ ਜਾਂਦੇ ਆ ਘਰਦਿਆਂ ਨੂੰ ਇੱਥੇ ਲਿਆਂਦਾ ਜਾਂ ਉਹਨਾਂ ਨੂੰ ਵੀਡੀਓ ਭੇਜਤੀ ਹੈ ਦੇਖਣਗੇ ਵੀ ਵੀਡੀਓ ਤਾਂ ਉਹ ਕਰਦੇ ਘਰਦਿਆਂ ਨੇ ਤਾਂ ਪਹਿਲਾਂ ਹੀ ਕਹਿੰਦਾ ਇੱਥੇ ਠੰਡਾ ਠੰਡਾ ਖਾ ਕੇ ਡਿੱਗ ਪਾਂਗੇ ਪੁੱਠੇ ਕੰਮ ਕਰਦੇ ਕਿੱਧਰ ਜਾ ਵੜੇ ਨੇ ਮੂੰਹ ਚੱਕ ਕੇ ਘਰੇ ਰਿਹਾ ਕਰੋ ਆਪਦਾ ਜੇ ਡੁੱਬ ਗਏ ਨਾ ਉੱਥੇ ਕੱਢਣੇ ਨਹੀਂ ਕਿਸੇ ਨੇ ਇਕੱਲੇ ਨਹੀਂ ਯਾਰ ਫਿਕਰ ਕਰਦੇ ਘਰਦੇ ਡਰ ਲੱਗਦਾ ਵੈਸੇ ਇੱਥੇ ਆ ਕੇ ਇੱਕ ਜਗ੍ਹਾ ਤੇ ਆ ਕੇ ਡਰ ਵੀ ਲੱਗਦਾ ਤੁਹਾਨੂੰ ਦਿਖਾਉਣਾ ਮੈਂ ਆਹ ਹੁਣ ਮੈਂ ਜਿਹੜੀ ਆਹ ਜਗ੍ਹਾ ਇੱਥੇ ਇੱਥੇ ਦੂਜਾ ਕੈਮਰਾ ਕਰਕੇ ਦਿਖਾਉਣਾ ਡਰ ਵੀ ਲੱਗਦਾ ਪਾਣੀ 'ਚ ਕੀ ਕਰ ਲਊਗਾ ਬੰਦਾ ਕੋਈ ਪਾਣੀ 'ਚ ਮੇਨ ਪੁਆਇੰਟ ਉੱਥੇ ਤੁਹਾਨੂੰ ਦਿਖਾਵਾਂਗੇ ਉਹ ਸਸਪੀਸ਼ੀਅਸ ਜਗ੍ਹਾ ਉਹ ਐ ਨੀ ਦਿਖਾਉਣ ਵਾਲੀ ਉਹ ਪੂਰਾ ਬਣਾ ਕੇ ਨਾ ਉਹ ਕੀ ਕਹਿੰਦੇ ਹੁੰਦੇ ਆ ਸਸਪੈਂਸ ਬਣਾ ਕੇ ਫੇਰ ਲੈ ਕੇ ਜਾਵਾਂਗੇ ਤੁਹਾਨੂੰ ਆਹ ਆਪਣਾ ਜਿੱਥੇ ਆਪਾਂ ਜਾ ਸਕਦੇ ਜਵਾਕਾਂ ਵਾਲਾ ਬਲੋ ਹੋਲਾ ਛੋਟਾ ਇੱਥੇ ਨਿੱਕੇ ਜਵਾਕ ਜਾ ਸਕਦੇ ਮੈਂ ਤਾਂ ਇੱਥੇ ਨਹੀਂ ਗਿਆ ਮੇਰੇ ਤੂੰ ਜਾ ਆ ਕੇ ਚੱਲ ਤੈਨੂੰ ਮੈਂ ਬਾਹਲੀ ਦੂਰ ਦਾ ਨਹੀਂ ਕਹਿੰਦਾ ਤੂੰ ਜਿਹੜੀ ਉਹ ਖੰਗਾ ਉਹ ਖੰਭਾ ਹੈ ਨਾ ਉਹ ਸਾਹਮਣੇ ਉਹਨੂੰ ਹੱਥ ਲਾਇਆ ਜਾ ਕੀ ਫਾਇਦਾ ਕੀ ਮਤਲਬ ਹਾਸਲ ਕੀ ਹੋਊਗਾ ਕਿਹੜਾ ਕਿਹੜੀ ਆ ਜਾਓ ਫਿਰ ਹੁਣ ਸਬਰ ਜਿਹੜਾ ਤੂੰ ਸਬਰ ਕਰਿਆ ਸੀਗਾ ਉਹ ਹੁਣ ਮੁੱਕ ਚੁੱਕਿਆ ਹੁਣ ਤੁਹਾਨੂੰ ਸਬਰ ਦਾ ਫਲ ਮਿਲੂਗਾ ਜਿਹੜਾ ਮਿੱਠਾ ਮਿੱਠੇ ਦਾ ਮਤਲਬ ਬਲੂ ਹੋਲਸ ਉਹਦੇ ਕੋਲ ਤੁਹਾਨੂੰ ਲੈ ਕੇ ਚੱਲਦੇ ਹਾਂ ਹੁਣ ਅਸੀਂ ਨਹੀਂ ਐਵੇਂ ਕਿਉਂ ਨਾ ਪਸੰਦ ਆਈ ਅੱਛਾ ਇਹ ਭਰੀ ਜਾਂਦਾ ਹੁਣ ਸੜਕ ਹੁਣ ਮੇਰੀ ਸ਼ਕਲ ਤੇ ਤੁਸੀਂ ਅੱਖ ਚੁੱਕੇ ਹੋਏ ਉਧਰਲਾ ਸ਼ਕਲ ਦਿਖਾਉਣਾ ਸਿਰਾ ਕਹਿ ਦੀ ਹੁਣ ਸਿਰਾ ਉਹੀ ਕਹਿ ਦੀ ਚੰਗਾ ਜਿਸ ਤਰ੍ਹਾਂ ਸਿਰਾ ਲੱਗਣ ਵੀ ਆਹ
ਪਾਣੀ ਨੇ ਸਾਰਾ ਖੋਲ ਰੱਖਿਆ ਆਹ ਜਗ੍ਹਾ ਜਿਹੜੀ ਜਿੱਥੋਂ ਹੋਲ ਹੋਏ ਰੱਖਿਆ ਇੱਥੋਂ ਆਹ ਸੀਗੇ ਇਹ ਪਾਣੀ ਦਾ ਉਹ ਆਹ ਭਰ ਜਾਂਦੀ ਜਗ੍ਹਾ ਇੱਥੋਂ ਅਤੇ ਫਿਰ ਇੱਥੋਂ ਦੀ ਆਹ ਪ੍ਰੈਸ਼ਰ ਨਾਲ ਮੇਨ ਨਹੀਂ ਬਣ ਰਿਹਾ ਪ੍ਰੈਸ਼ਰ ਜਿਹੜਾ ਸਹੀ ਹੁੰਦਾ ਕਿੰਨਾ ਯਾਰ ਕੁਦਰਤ ਕਿੰਨੀ ਸੋਹਣਾ ਕਿੰਨਾ ਸੋਹਣਾ ਵਿਊ ਅੱਖਾਂ ਨਾਲ ਦੇਖਣ 'ਚ ਕਿੰਨਾ ਸੋਹਣਾ ਲੱਗਦਾ ਨਾ ਕੈਮਰੇ 'ਚ ਉਨਾ ਸੋਹਣਾ ਨਹੀਂ ਲੱਗ ਰਿਹਾ ਬਣਾ ਨਾ ਲਈ ਇੱਥੋਂ ਡਿੱਗ ਕੇ ਕੁਛ ਫਿਰਦਾ ਸਾਂ ਚੜਿਆ ਕੁਦਰਤ ਦੇ ਨਿਆਰੇ ਇਹ ਆ ਬਲੂ ਹੋਲਸ ਇੰਨੀ ਕੁ ਚੀਜ਼ ਸੀਗੀ ਇੰਨੇ ਦੋ ਘੰਟਿਆਂ ਦੀ ਵੀਡੀਓ ਬਣਾਈ ਆ ਹੁਣ ਵਿਊ ਆਉਣੇ ਤੇ ਵੀਡੀਓ ਤੇ ਸਿਰਾ ਸਿਰਾ ਯਾਰ ਕਿੰਨਾ ਸੋਹਣਾ ਯਾਰ ਕਿੰਨੀ ਸੋਹਣਾ ਇੱਧਰ ਨੂੰ ਇੰਡੀਆ ਤੈਨੂੰ ਪਤਾ ਏ ਇੱਧਰ ਨੂੰ ਅੱਗੇ ਜਾ ਕੇ ਇੰਡੀਆ ਹੀ ਆ ਉਹ ਸਾਡੇ ਪਿੰਡ ਦੇ ਵਾਲੀਬਾਲ ਖੇਡੀ ਉਹ ਤੇਰੀ ਜੰਪ ਕਰਾ ਇਹਨੂੰ ਏ ਕਿਵੇਂ ਲੱਗਿਆ ਕਹਿ ਦੇ ਸਿਰਾ ਮੈਂ ਹੀ ਤੈਨੂੰ ਇਹਦੀਆਂ ਜਗ੍ਹਾ ਤੇ ਲੈ ਕੇ ਆਉਣਾ ਹੋਰ ਨੀ ਕੋਈ ਲੈ ਕੇ ਆ ਸਕਦਾ ਲਿਆ ਓਏ ਗੁੜ ਰੱਖ ਕੇ ਜਾ ਤੇ ਲੱਡੂ ਇੱਥੇ ਸੁੱਖ ਸੁੱਖ ਲੈ ਲੈ ਸੁੱਖ ਲਈ ਸੁੱਖ ਬਾਬਾ ਬੱਬੂ ਗੋਸ਼ੇ ਸ਼ਾਹ ਖਾਂ ਜੀ ਬਣ ਜਾਣਾ ਸੀ ਇਹਨਾਂ ਨੇ ਜਿਹੜਾ ਟਿਕਟੋਕ ਵਾਲਾ ਮੈਂ ਕੰਟਰੋਲ ਕਰ ਰਿਹਾ ਇਹਨੂੰ ਆਪਦੇ ਨਾਲ ਛੱਡਾਂਗਾ ਨਾਲ ਇੱਧਰਲੇ ਇੱਧਰਲਾ ਚਲਾਤਾ ਹੁਣ ਮੈਂ ਛੱਲ ਮਾੜੀ ਬਾਹ ਛਾਂ ਹੁਣ ਇੱਧਰਲੇ ਤੇ ਆ ਜਾਓ ਹੈ ਚੱਲ 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 ਜਾਓ ਬਾਹ ਛਾਂ ਛਾਂ ਤੋਂ ਜਾਓ ਕੰਟਰੋਲ ਬਹੁਤ ਹੈ ਇਹਦੇ ਮੇਰਾ ਆਸਾ ਰਾਮ ਤੋਂ ਸ਼ਕਤੀਆਂ ਤਾਂ ਇੰਨੀ ਤਾਂ ਆਈਆਂ ਨੇ ਬਾਅਦ ਚ ਹੋਰ ਸਰਸੇ ਵਾਲੇ ਦੀ ਗੁਫਾ ਵਾਲੀਆਂ ਸਾਰੀਆਂ ਸਖਤੀਆਂ ਗੁਫਾ ਚ ਜਾ ਗਿਆ ਸ਼ਿੱਤੇ ਯਾਰ ਕਿੰਨਾ ਸੋਹਣਾ ਵਿਊ ਆ ਸੋਹਣੀਆਂ ਸੋਹਣੀਆਂ ਜਗ੍ਹਾ ਬਹੁਤ ਆਸਟ੍ਰੇਲੀਆ ਚ ਦੇਖਣ ਨੂੰ ਹਨਾ ਕਿੰਨਾ ਯਾਰ ਕੁਦਰਤ ਬਾਹਲੀ ਬਾਹਲਾ ਕੁਛ ਆ ਦੇਖਣ ਨੂੰ ਯਾਰ ਜਿਹੜਾ ਆਹ ਹੁਣ ਬੰਦੇ ਨੇ ਥੋੜੀ ਬਣਾਇਆ ਹੈ ਆਪ ਹੀ ਬਣ ਮੁੜ ਗਿਆ ਹਾਂ ਤੇ ਇਹ ਆਪਣੀ ਵੀਡੀਓ ਇੱਥੇ ਤੱਕ ਸਾਨੂੰ ਲੈ ਕੇ ਆਏ ਦਿਖਾਇਆ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਲੱਗਣੀ ਚਾਹੀਦੀ ਆਪਾਂ ਆਏ ਇੰਨੀ ਦੂਰ ਦਿਖਾਉਣ ਸਹੀ ਆ ਗਿਆ ਤੇ ਜੇ ਹੁਣ ਵੀ ਨਾ ਲੱਗੀ ਫਿਰ ਅਸੀਂ ਹੋਰ ਕੁਛ ਕਰ ਨਹੀਂ ਸਕਦੇ ਜ਼ਿਆਦਾ ਤੁਹਾਡੇ ਲਈ ਟਾਈਮ ਜੋ ਟਾਈਮ ਕੱਢ ਕੇ ਇੰਨਾ ਸੋਹਣਾ ਜਗ੍ਹਾ ਤੁਹਾਨੂੰ ਘੁਮਾਉਣ ਲੈ ਕੇ ਆਏ ਹਾਂ ਅਤੇ ਹੋਰ ਪਾਉਂਦੇ ਰਹਾਂਗੇ ਵੀਡੀਓ ਐਂ ਦੇਖਦੇ ਰਹੋ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਕਰ ਦਿਓ ਯਾਰੀ ਆ ਤਾਂ ਹੁੰਦਾ ਯਾਰੀ ਆ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਸਾਰਾ ਕੁਝ ਕਰਦੀ ਜੇ ਤੂੰ ਪਾਣੀ 'ਚ ਛਾਲ ਮਾਰਦੀ ਨਾ ਬਰੋ ਮੇਰੀ ਗੱਡੀ ਤੇਰੀ ਐਨਕਾਂ ਵੀ ਰੱਖ ਲਈ ਤੈਨੂੰ ਪਤਾ ਇੱਥੇ ਲੋਕ ਬਹੁਤ ਤੈਰਨ ਵੀ ਆਉਂਦੇ ਇਹ ਜਗ੍ਹਾ ਤੇ ਨਹੀਂ ਪਤਾ ਲੱਗਦਾ ਤੈਰਦੇ ਆ ਡਰ ਹੀ ਨਹੀਂ ਲੱਗਦਾ ਗੋਰਿਆਂ ਦਾ ਓਕੇ ਜੀ ਬਾਏ ਬਾਏ ਟਾਟਾ ਟੇਕ ਕੇਅਰ